उतो कटूत पिछलो बंदे तो बन जाओ, पहलो मानसून देवते बनो। फीस ही लेंदे नहीं, फीस की करनी है, पैसे साढ़े को भी नहीं मुकते। 15-20 किले आ साढ़े को, जो अं पढ़ाने वाले जो पढ़ने वाले सब झूठी मूठी, सब झूठी मूठी। वो सच्ची मूची से आ जाओ, सब कम ठीक हो जाए। पंजाब स्कूल एजुकेशन बोर्ड ने सानू 35,000 रुपये का नाम दिता। विद्या विचारी तो परोपकारी, सो सिक्ख्या देना हर किसी का हक आ। सरकार भी इस गल्लू कहिंदियां ने, पर अज तुहानू एक अजिहे शख्स नाल मिलान जा रहा जो एक निवेकला स्कूल चलाते हैं जिथे टीचर भी खुद स्टूडेंट ने ते पढ़ते भी ने ते बच्चों पढ़ाते भी ने। सो सवर्ण सिंह विरक साडे नाल ने सोना गलबात कर। सो विरक साहब, तुसीं बड़ा अनोखा स्कूल चला रहे हो, एक अजिहा स्कूल जिथे बच्चे पढ़ते भी ने ते पढ़ाते भी ने। मैं तो कुछ नहीं करता, ना हम किया ना करेंगे ना कर सके शरीर, यह सब उहदी बख्शिश आ, उहदी बख्शिश आ। परमात्मा जिदा जिदा बिद बनाई जांदा, ਵਿਧੀਆਂ ਵਿੱਧ ਉਹ ਬਣਾਉਂਦਾ ਔਰ ਉਸ ਤਰ੍ਹਾਂ ਕੰਮ ਕਰੀ ਜਾਈਦਾ। ਬੜਾ ਨਵੇਕਲੇ ਤਰ੍ਹਾਂ ਦਾ ਸਕੂਲ ਆ, ਬੱਚੇ ਪੜ੍ਹਦੇ ਵੀ ਆ ਫਿਰ ਉਹ ਪੜ੍ਹਾਉਂਦੇ ਵੀ ਆ ਦੂਸਰਿਆਂ ਨੂੰ, ਬੱਚਿਆਂ ਨੂੰ। ਬਿਲਕੁਲ ਬਿਲਕੁਲ, ਪੜ੍ਹਦੇ ਵੀ ਆ ਪੜ੍ਹਾਉਂਦੇ ਵੀ ਆ, ਫਿਰ ਉਹ ਵਜ਼ੀਫੇ ਵੀ ਜਿੱਤਦੇ ਆ, ਫਿਰ ਉਹ ਮੈਟਾਂ ਵੀ ਲੈਂਦੇ ਆ, ਫਸਟ ਡਿਵੀਜ਼ਨਾਂ ਵੀ ਲੈਂਦੇ ਆ, ਔਰ ਪੜ੍ਹਦੇ ਪੜ੍ਹਾਉਂਦੇ ਉਹ। ਇਸ ਕਰਕੇ ਵੀ ਅੱਜ ਕੱਲ੍ਹ ਜਿੰਨਾ ਵੀ ਅਸੀਂ ਕਰ ਰਹੇ ਹਾਂ ਸਭ ਬੇਈਮਾਨੀ ਪਹਿਰੇਦਾਰਾਂ ਦੀ, ਜਿਹੜੇ ਝੂਠੀ ਮੂਠੀ ਖੰਘਦੇ ਨੇ, ਜਿੰਨੇ ਅਸੀਂ ਪਹਿਰੇਦਾਰ ਹਾਂ, ਜੋ ਅਸੀਂ ਪੜ੍ਹਾਉਣ ਵਾਲੇ ਜੋ ਪੜ੍ਹਨ ਵਾਲੇ ਸਭ ਝੂਠੀ ਮੂਠੀ, ਸਭ ਝੂਠੀ ਮੂਠੀ। ਉਹ ਸੱਚੀ ਮੁੱਚੀ 'ਤੇ ਆ ਜਾਓ, ਸਭ ਕੰਮ ਠੀਕ ਹੋ ਜਾਣਗੇ। ਕਿੰਨੇ ਸਾਲ ਹੋ ਗਏ ਸਕੂਲ ਚੱਲਦੇ ਨੂੰ, ਸਟਾਰਟਿੰਗ ਕਦੋਂ ਕੀਤੀ? ਇਹ 1974 'ਚ। ਹਾਂਜੀ, ਅਤੇ ਉਦੋਂ ਤੋਂ ਗਿਣ ਲਓ ਹੁਣ ਤੱਕ, ਅਤੇ 76 ਵਿੱਚ ਪੂਰਾ ਕਾਲਜ ਸੀ, 74 ਵਿੱਚ ਗਿਆਨੀ ਕਲਾਸ ਸ਼ੁਰੂ ਕੀਤੀ। ਕਲਾਸਾਂ ਉਸ ਟਾਈਮ ਤੋਂ ਸ਼ੁਰੂ ਕੀਤੀਆਂ, ਦਿਮਾਗ 'ਚ ਖਿਆਲ ਕਿਵੇਂ ਆ ਗਿਆ ਕਿ ਇਸ ਤਰ੍ਹਾਂ ਦਾ ਵੀ ਕੰਮ ਕਰ ਸਕਦੇ? ਉਹ ਵਿਧੀਆਂ ਬਣਦੀਆਂ ਗਈਆਂ, ਪਰਮਾਤਮਾ ਨੇ ਬਣਾਉਂਦਾ ਗਿਆ, ਗਾਂਹ ਗਾਂਹ ਚੱਲਦੇ ਗਏ, ਵਧੀਆ ਬਣ ਗਿਆ। ਹੁਣ ਬੱਚੇ ਪੜ੍ਹਾਉਂਦੇ ਵੀ ਨੇ, ਫਿਰ ਉਹ ਆਪ ਵੀ ਪੜ੍ਹਦੇ? ਆਪ ਵੀ ਪੜ੍ਹਦੇ ਆ, ਵਜ਼ੀਫੇ ਦਿੰਦੇ ਆ, ਮੈਟਾਂ ਹੁਣ ਆਪਣੇ ਆਪਣੇ ਉਹਨਾਂ ਨੇ ਕਾਲਜ ਸਕੂਲ ਖੋਲ੍ਹਦੇ ਆ, ਹਸਪਤਾਲ ਖੋਲ੍ਹੇ ਆ। ਕੋਈ ਮੇਰਾ ਬੱਚਾ ਵਿਹਲਾ ਨਹੀਂ ਗਾ, 150-150 ਮੇਰਾ ਬੱਚਾ ਜਿਹੜਾ ਕਿ ਨਹੀਂ, ਇੱਕੇ ਵਾਰੀ ਗੌਰਮੈਂਟ ਤੋਂ ਸਿਲੈਕਟ ਹੋ ਜਾਂਦਾ। ਹਾਂਜੀ, ਅੱਜ ਮੇਰੀਆਂ ਨਰਸਾਂ ਬਣੀਆਂ ਬੇਟੀਆਂ ਮੇਰੀਆਂ, ਉਹ ਪੰਜਾਬ ਦੀ ਨਰਸਿੰਗ, ਪੰਜਾਬ ਦੀ ਉਹਦੇ 'ਚ ਵੀ ਉਹ ਪ੍ਰਧਾਨ ਆ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਮੇਰੀ ਨਰਸ ਉਹ ਪ੍ਰਧਾਨ ਆ। ਉਹ ਗੱਲ ਹੀ ਕੋਈ ਨਹੀਂ, ਬੱਚਿਆਂ 'ਚ ਕਰੈਕਟਰ ਭਰ ਦਿਓ। ਵਿੱਦਿਆ ਜਿਹੜੀ ਆ ਨਾ ਜੀ, ਇਹ ਕੋਈ ਜਮਾਤਾਂ ਪਾਸ ਕਰਨੀ ਨਹੀਂ ਹੁੰਦੀ, ਨਾ ਇਹ ਸਰਟੀਫਿਕੇਟ, ਨਾ ਡਿਗਰੀਆਂ ਹੁੰਦੀ ਆ। ਵਿੱਦਿਆ ਹੁੰਦੀ ਆ ਕਰੈਕਟਰ, ਵਿੱਦਿਆ ਹੁੰਦੀ ਆ ਕਿਰਦਾਰ, ਵਿੱਦਿਆ ਹੁੰਦੀ ਆ ਕਰਤੂਤ। ਕਰਤੂਤ ਪਸ਼ੂ ਕੀ, ਤਾਂ ਉੱਥੋਂ ਕਰਤੂਤ ਪਸ਼ੂ ਤੋਂ ਬੰਦੇ ਤਾਂ ਬਣ ਜਾਓ ਪਹਿਲਾਂ, ਮਾਨਸੂਨ ਦੇਵਤੇ ਬਣੋ ਫਿਰ। ਇਹ ਆ ਇਹ ਚੀਜ਼ਾਂ, ਜਿੰਨਾ ਚਿਰ ਕਰੈਕਟਰ ਨਹੀਂ ਕੁਝ ਵੀ ਨਹੀਂ। ਕੀ ਆ ਹੁਣ ਨਕਲ ਨਸ਼ਾ ਨਗੇਜ, ਸਭ ਨਕਲ ਮਰਾਉਂਦੇ ਆ। ਅਸੀਂ 21,000 ਰੁਪਈਆ ਰੱਖਿਆ ਹੁੰਦਾ, ਉਹ ਕੋਈ ਨਕਲ ਮਰਦਾ ਫੜ ਲਏ ਅਤੇ 21,000 ਲੈ ਦੇ, ਕੋਈ ਗੱਲ ਕਰਨ ਵਾਲੀ ਆ? ਪੜ੍ਹਾਉਂਦੇ ਕੌਣ ਆ? 1.5-1.5 ਲੱਖ ਰੁਪਈਆ ਲੈਣ ਵਾਲੇ ਪੜ੍ਹਾ ਸਕਦੇ ਆ? ਹਾਂਜੀ, ਬੜੀ ਨਵੇਕਲੀ ਗੱਲ ਕਿ 21,000 ਰੁਪਈਆ ਨਾਮ ਰੱਖਿਆ ਜੋ ਨਕਲ ਮਾਰਦਾ ਫੜਾ। ਨਕਲ ਸੁਪਰਡੈਂਟ, ਸੁਪਰਡੈਂਟ, ਸੁਪਰਵਾਈਜ਼ਰ, ਫਲਾਇੰਗ, ਜਿਹੜਾ ਮਰਜ਼ੀ ਆਣ ਕੇ ਚੈੱਕ ਕਰੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਾਨੂੰ 35,000 ਰੁਪਈਆ ਦਾ ਨਾਮ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਾਡੇ 'ਤੇ ਇੰਨੀ ਬਖਸ਼ਿਸ਼ ਹੈ ਜਿਹੜੀ ਰਹੇ ਰੱਬ ਦਾ ਨਾਂ। ਉਹਨੂੰ ਕਹਿੰਦੇ ਆ ਵਾਈਸ ਚਾਂਸਲਰ, ਉਹ ਬਾਹਰ ਕੇ ਉਹਨੇ ਕੋਈ ਸਵਾਲ ਕੀਤਾ ਵੀ ਤੁਹਾਡੇ ਨਕਲ ਦਾ ਕੀ ਹਰ? ਕਹਿੰਦਾ ਜਾਓ ਮੇਰੇ ਸ਼ਾਗਿਰਦ ਨੇ ਇੱਕ ਕਾਲਜ 'ਚ ਲਾਇਆ, ਜੇ 21,000 ਰੁਪਈਆ ਨਾਮ ਰੱਖਿਆ, ਉਹ ਆਣ ਕੇ ਫੜ ਲਓ। ਉਹ ਬਾਹਰ ਦੇ ਲੋਕ ਆਣ ਕੇ ਇਹੋ ਜਿਹੀਆਂ ਗੱਲਾਂ ਕਰਦੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੈਂਟਰ ਆ, ਐਗਜ਼ਾਮਪਲ ਸੈਂਟਰ, ਵੇਖੋ ਆਣ ਕੇ। ਇਹ ਵੀ ਇੱਕ ਬਹੁਤ ਨਵੇਕਲੀ ਗੱਲ ਆ। ਤੁਸੀਂ ਫੀਸ ਕਿੰਨੀ ਲੈਂਦੇ ਹੋ? ਫੀਸ ਅਸੀਂ ਲੈਂਦੇ ਨਹੀਂ, ਫੀਸ ਕੀ ਕਰਨੀ ਹੈ, ਪੈਸੇ ਸਾਡੇ ਕੋਲ ਵੀ ਨਹੀਂ ਮੁੱਕਦੇ। 15-20 ਕਿੱਲੇ ਆ ਸਾਡੇ ਕੋਲ, ਜਿਹਦੇ 'ਚ ਖੇਤੀ ਕਰਦੇ ਬੱਚੇ, ਸਾਰਾ ਕੁਝ ਹੀ ਬੱਚੇ ਕਮਾਈ ਕਰਦੇ ਆ। ਤੁਸੀਂ ਆਓ, ਕਣਕ ਦੀ ਬੋਰੀ ਹੁਣ ਦੇਵਾਂਗੇ ਤੁਹਾਨੂੰ। ਆ ਗੁਰੂ ਨਾਨਕ ਦੇ ਦਿਵਾਲੀ ਦੇ ਉੱਤੇ 30 ਕੁਇੰਟਲ ਕਣਕ ਵੰਡੀ ਆ, ਅਤੇ ਹੁਣ ਵੀ ਗੁਰੂ ਨਾਨਕ ਦੇ ਆ ਵੰਡਣੀ ਜੇ 30 ਤਰੀਕ ਨੂੰ, 30 ਨੂੰ ਆਇਓ, ਨਾ ਤੁਹਾਨੂੰ ਬੋਰੀ ਕਣਕ ਦੀ ਮਿਲੂਗੀ। ਜਿਹੜੇ ਵੀ ਆਏ, ਅਸੀਂ ਕੋਈ ਚੀਜ਼ ਵੇਚਦੇ ਨਹੀਂ, ਪ੍ਰਸ਼ਾਦ ਵਾਂਗੂ ਵੰਡਦੇ ਹਾਂ। ਸੋ ਬੱਚੇ ਖੇਤੀ ਵੀ ਕਰਦੇ ਆ ਨਾਲ? ਬੱਚੇ ਸਭ ਕੁਝ ਕਰਦੇ ਆ, ਅਤੇ ਹੋਰ ਬੱਚੇ ਹੀ ਤਾਂ ਕਰਦੇ, ਤਾਂ ਹੀ ਤਾਂ ਹੈਗੇ ਆ। ਜੇ ਮਜ਼ਦੂਰਾਂ ਕੋਲ ਕਰਾਓ ਤਾਂ ਤੁਸੀਂ ਕੱਖ ਵੀ ਨਹੀਂ ਕਰ ਸਕਦੇ। ਹਾਂਜੀ, ਮਜ਼ਦੂਰਾਂ ਕੋਲ ਕਰਾਓ ਤਾਂ ਤੁਸੀਂ ਉਹ 500 ਰੁਪਈਆ ਦਿਹਾੜੀ ਲੈਣਗੇ, 5 ਦਾ ਕੰਮ ਨਹੀਂ ਕਰਨਗੇ। ਇਸ ਕਰਕੇ ਆਪਣੇ ਨਿਆਣਿਆਂ ਨੂੰ ਕੰਮ ਕਰਨ ਦਾ ਉਹ, ਆਪ ਕੰਮ ਕਰੋ ਔਰ ਇਮਾਨਦਾਰੀ ਨਾਲ ਕਰੋ, ਮਿਹਨਤ ਨਾਲ ਕਰੋ। ਇੱਕ ਅੱਛਾ ਸੁਨੇਹਾ ਵੀ ਦੇ ਰਹੇ ਹੋ ਹੱਥੀਂ ਕਿਰਤ ਕਰਨ ਦੀ। ਹੱਥੀਂ ਆਹੋ, ਹੋਰ ਹੱਥ ਵੇਚਣੇ ਆ। ਜੇ ਹੱਥੀਂ ਨਹੀਂ ਕੰਮ ਕਰਦੇ, ਤੁਹਾਡੇ ਤ੍ਰਿਗ ਹੱਥ ਪੈਰ, ਜੇ ਤੁਸੀਂ ਕੰਮ ਨਹੀਂ ਕਰਦੇ, ਤ੍ਰਿਗ ਹੱਥ ਪੈਰ, ਹੋਰ ਨਿਫਲ ਕਰਨੀ, ਹੱਥੀਂ ਤੁਸੀਂ ਕਾ ਕਰਦੇ ਨਹੀਂ। ਹਾਂ, ਜੁੱਤੀ ਤੁਹਾਨੂੰ ਕੋਈ ਪਾ ਕੇ ਦੇਵੇ, ਕੱਪੜੇ ਤੁਹਾਨੂੰ ਕੋਈ ਧੋ ਕੇ ਦੇਵੇ, ਰੋਟੀ ਤੁਹਾਨੂੰ ਕੋਈ ਪਕਾ ਕੇ ਦੇਵੇ, ਅਤੇ ਤੁਸੀਂ ਕੀ?
ਤੁਸੀਂ ਇੱਕ ਲੰਮਾ ਸਮਾਂ ਹੋ ਗਿਆ ਸਕੂਲ ਚਲਾਉਂਦੇ ਹੋ, ਇੱਕ ਵੱਡੇ ਪੱਧਰ 'ਤੇ ਸਕੂਲ ਚਲਾ ਰਹੇ ਹੋ, ਬੱਚੇ ਟੀਚਰ ਵੀ ਖੁਦ ਨੇ, ਪੜ੍ਹਦੇ ਵੀ ਨੇ, ਫਿਰ ਖੇਤੀ ਵੀ ਕਰਦੇ ਨੇ, ਕੰਮ ਵੀ ਕਰਨਾ ਸਿੱਖ ਰਹੇ, ਅਤੇ ਬੱਚਿਆਂ ਦੀ ਜੇ ਐਡਮਿਸ਼ਨ ਹੁੰਦੀ ਹੈ ਪੈਰਾਮੀਟਰ ਕੀ ਰੱਖੇ? ਉਹ ਜੀ ਗਰੀਬ ਤੋਂ ਗਰੀਬ, ਵੱਡਿਆਂ ਜੀ ਦਾ ਮਕਾਨ ਹੀ ਨਹੀਂ ਜਾਂਦਾ, ਦੂਰੋਂ ਹੀ ਘਰਾਂ ਵਾਲਿਆਂ ਨੂੰ ਮੋੜ ਦਿੰਦਾ ਵੀ ਨਹੀਂ ਐਡਮਿਸ਼ਨ ਹੈ ਨਹੀਂ ਗੀ। ਜਿਹੜਾ ਕਿਤ ਵਿਚਾਰਾ ਹੈਗਾ, ਜਿਹੋ ਜਿਹਾ ਅੰਨ ਉਹੋ ਜਿਹਾ ਮਨ, ਬੇਈਮਾਨੀ ਦਾ ਅੰਨ ਖਾਓਗੇ ਬੇਈਮਾਨ ਤੁਹਾਡੇ ਨਿਆਣੇ ਬਣਨਗੇ, ਜੋ ਜਿੰਨੀ ਮਰਜ਼ੀ ਬੇਈਮਾਨੀ ਕਰਕੇ ਲੁੱਟ ਲੱਟ ਲਓ ਤੁਹਾਡੇ ਨਿਆਣਿਆਂ ਨੂੰ ਉਹ ਭੁਗਤਣਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਕਰਕੇ ਰੱਬ ਦਾ ਵਾਸਤਾ ਸੱਚ 'ਤੇ ਆਓ, ਕਿਰਦਾਰ ਕਰੋ, ਸੱਚੀ ਸੁੱਚੀ ਕਿਰਤ ਨਿਆਣਿਆਂ ਨੂੰ ਖਾਓ, ਜੇ ਆਪ ਨਹੀਂ ਖਾਣੀ ਜੋ ਆਪ ਹੋ ਗਿਆ ਤਾਂ ਉਹ ਤਾਂ ਹੋ ਗਿਆ, ਹੁਣ ਨਿਆਣਿਆਂ ਨੂੰ ਸੱਚੀ ਸੁੱਚੀ ਕਿਰਤ ਖਵਾਓ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਐਡਮਿਸ਼ਨ ਦਿੰਦੇ ਹੋ, ਕਿਵੇਂ ਦੇਖਦੇ ਹੋ ਕਿ ਬੱਚੇ ਗਰੀਬ ਨੇ, ਕੁਛ ਤਾਂ ਗਲਤ ਵੀ ਬੋਲ ਦਿੰਦੇ? ਝੱਟ ਪਤਾ ਲੱਗ ਜਾਂਦਾ ਜੀ ਸਾਡੇ, ਮੈਂ ਥੋੜ੍ਹਾ ਵੀ ਕਰਦਾ ਵਾਂ, ਉਹ ਜਿਹੜੇ ਬੱਚੇ ਆ ਨਾ ਸਾਡੇ ਸਟੂਡੈਂਟ ਕਮੇਟੀ, ਸਾਡੇ ਬੱਚੇ ਉਹ ਤਾਂ ਹਰ ਇੱਕ ਦੇ ਨਾ ਨਾਨਕੇ ਦਾਦਕੇ ਫੁੱਲ ਲੈਂਦੇ ਆ। ਹਾਂਜੀ, ਇਨਵੈਸਟੀਗੇਸ਼ਨ ਵੀ ਬੱਚੇ ਖੁਦ ਕਰਦੇ? ਉਹ ਖੁਦ ਉਹਦੇ ਹਰ ਇੱਕ ਮਿਨਿਸਟਰ ਦੇ, ਹਰ ਇੱਕ ਦੂਜੇ ਤੀਜੇ ਦੇ, ਹਰ ਉਹਦੇ ਜਿਹੜੇ ਵੀ ਪਿੰਡ 'ਚ ਜਿਹੜੇ ਹੈਡਮਾਸਟਰ ਮਾਸਟਰ ਕਿੰਨੀ ਕਿੰਨੀ ਨਗਰ ਆਓ ਉੱਥੇ ਸਾਹਮਣੇ ਤੁਹਾਨੂੰ ਕਿੱਦਾਂ ਬਟੇਰਿਆਂ ਵਾਂਗੂ ਪਟਕਾਰਦੇ ਆ। ਸੋ ਇਹਦੇ ਨਾਲ ਹੀ ਤੁਹਾਨੂੰ ਕੁਛ ਅਵਾਰਡ ਵੀ ਮਿਲੇ ਨੇ, ਕਿਹੜੇ ਕਿਹੜੇ ਅਵਾਰਡ? ਇੱਕ ਅਵਾਰਡ ਮੇਰੇ ਕੋਲ ਦੇਖੋ ਨਹੀਂ, 100 ਅਵਾਰਡ ਹੋਣਾ, ਕੋਈ ਵੱਡੇ ਤੋਂ ਵੱਡਾ ਮਹਾਤਮਾ ਗਾਂਧੀ ਨੈਸ਼ਨਲ ਅਵਾਰਡ 10 ਲੱਖ ਦਾ, ਪੰਡਿਤ ਨਹਿਰੂ ਅਵਾਰਡ, ਬਾਬਾ ਬੁੱਢਾ ਅਵਾਰਡ, ਆਹ ਜਿਹੜਾ ਹੁਣ ਭਾਈ ਬਾਬਾ ਫਰੀਦ ਅਵਾਰਡ, ਔਰ ਪੰਜ ਪਾਣੀ ਅਵਾਰਡ, ਆ ਜਿਹੜਾ ਟੈਲੀਵਿਜ਼ਨ ਨੇ ਦਿੱਤਾ ਪੰਜ ਪਾਣੀ ਅਵਾਰਡ, ਇੰਨੇ ਅਵਾਰਡ, ਸ਼੍ਰੋਮਣੀ ਕਮੇਟੀ ਦੇ ਹਜ਼ਾਰਾਂ ਅਵਾਰਡ, ਔਰ ਜਿਹੜੇ ਨਾਂਗੇ ਆ ਉਹਨਾਂ ਨੇ ਉੱਥੇ ਉਹ ਜਿੱਥੇ ਤਸਵੀਰਾਂ ਹੀ ਨੰਗੀਆਂ ਨੁੰਗੀਆਂ ਉੱਥੇ ਖੜ ਕੇ ਸਨਮਾਨ ਕੀਤੇ, ਮਤਲਬ ਪਤਾ ਹੀ ਨਹੀਂ ਇੰਨੇ। ਹਾਂਜੀ, ਤੂੰ ਗਰ ਮੁਝੇ ਨਵਾਜੇ, ਤੇਰਾ ਕਰਮ ਹੈ, ਤੇਰੀ ਰਹਿਮਤੋਂ ਕਾ ਬਦਲਾ ਮੇਰੀ ਬੰਦਗੀ ਨਹੀਂ ਹੈ। ਉਹ ਮੈਂ ਕਹਿੰਦਾ ਮੈਂ ਕੱਖ ਵੀ ਨਹੀਂ, ਇੰਨਾ ਵੀ ਬਦੋ ਬਦੀ ਲਿਆ ਕੇ ਮੈਨੂੰ। ਹਾਂਜੀ, ਕੰਮ ਵੀ ਅੱਛਾ ਕਰ ਰਹੇ ਹੋ, ਬਹੁਤੇ ਲੋਕ ਤਾਂ ਇਹ ਚੀਜ਼ ਸੋਚਦੇ ਵੀ ਨਹੀਂ ਕਿ ਯਾਰ ਮੈਂ ਗਰੀਬ ਬੱਚਿਆਂ ਨੂੰ ਪੜ੍ਹਾ ਸਕਦਾ। ਤਾਂ ਹੀ ਉਹ ਮਰਦੇ ਆ, ਐਵੇਂ ਕੀ ਜ਼ਿੰਦਗੀ ਭੋਗਣ ਡੇ ਆ, ਕੀ ਕਰਨੀ ਪੈਸੇ ਕੀ ਕਰਨੇ ਆ, ਉਹ ਚੱਜ ਦੇ ਥਾਂ 'ਤੇ ਖਰਚੋ, ਤੁਹਾਨੂੰ ਖੁਸ਼ੀ ਮਿਲੂਗੀ। ਲੁੱਟੀ ਜਾਓ, ਲੁੱਟੀ ਜਾਓ, ਲੁੱਟੀ ਜਾਓ, ਅਤੇ ਮੁੜ ਕੇ ਉਹ ਨਿਆਣੇ ਫਿਰ ਗੰਦੇ ਬੰਨੇ ਹੀ ਪੈਣੇ ਆ, ਕੀ ਫਾਇਦਾ ਇਹੋ ਜਿਹਾ, ਕੀ ਫਾਇਦਾ? ਆਹ ਬੜੀ ਵਧੀਆ ਭਗਵੰਤ ਮਾਨ ਦੀ ਸਰਕਾਰ ਨੇ ਕੰਮ ਕੀਤਾ, ਜਲੂਸ ਕੱਢ ਕੇ ਰੱਖ ਦਿੱਤਾ ਇਹਨਾਂ ਵੱਡੇ ਵੱਡੇ ਮਿਨਿਸਟਰਾਂ ਦਾ, ਇਹਨਾਂ ਚੀਫ ਮਿਨਿਸਟਰਾਂ ਦਾ, ਇਹਨਾਂ ਡੀਸੀਆਂ ਦਾ, ਸੋਨੇ ਦੀਆਂ ਇੱਟਾਂ ਡੀਸੀ ਕੋਲ, ਪੈਸੇ ਗਿਣਨ ਵਾਲੀਆਂ ਮਸ਼ੀਨਾਂ ਪੁਲਿਸ ਕੋਲ, ਉਹ ਕੋਈ ਅਕਲ ਕਰੋ, ਕਿੰਨਾ ਰੁਤਬਾ ਤੁਹਾਡਾ ਪਰਮਾਤਮਾ ਨੇ ਤੁਹਾਨੂੰ ਦਿੱਤਾ, ਤੁਸੀਂ ਪੈਸੇ ਪਿੱਛੇ ਕਿਉਂ ਪਏ ਹੋ, ਪੈਸੇ ਪਿੱਛੇ ਕਿਉਂ ਪਏ ਹੋ? ਹੁਣ ਇਹ ਵੀ ਵੈਸੇ ਹੁਣ ਇਹ ਭਗਵੰਤ ਮਾਨ ਦੇ ਉਹ ਵੀ ਮਾੜਾ ਕੰਮ ਕਰਦੇ, ਜਿਹੜੇ ਵਿਆਹਾਂ 'ਤੇ ਇੰਨਾ ਇੰਨਾ ਖਰਚ ਕਰਨ ਲੱਗ ਪੈਂਦੇ ਆ। ਹਾਂਜੀ, ਉਹਨਾਂ ਨੂੰ ਚਾਹੀਦਾ ਉਹ ਭਗਵੰਤ ਮਾਨ ਦੀ ਰੀਸ ਕਰੋ। ਹਾਂਜੀ, ਨਹੀਂ ਜੇ ਲੋਕ ਤੁਹਾਨੂੰ ਅੱਗੇ ਉਸੇ ਤਰ੍ਹਾਂ ਹੀ ਕਰਨਗੇ, ਬੰਦੇ ਬਣੋ ਤੁਸੀਂ ਵੀ। ਸੋ ਇੱਕ ਗੱਲ ਆਪਾਂ ਕਰਦੇ, ਹੁਣ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋ? ਲੋਕਾਂ ਨੂੰ ਸੁਣਾ ਵੀ ਸੱਚ 'ਤੇ ਆ ਜਾਓ, ਹਾਂਜੀ, ਸੱਚੀ ਸੁੱਚੀ ਕਿਰਤ ਕਰੋ, ਆ ਜਿਹੜਾ ਝੂਠੀ ਮੂਠੀ ਸਭ ਕੁਛ ਛੱਡੋ, ਹਾਂਜੀ, ਸੱਚੋ ਮੁੱਚੀ ਕਰਿਆ ਕਰੋ, ਜੋ ਵੀ ਕੰਮ ਕਰਨਾ ਤੁਸੀਂ ਵੀ ਸੱਚੀ ਮੁੱਚੀ ਕਰੋ, ਗਲਤ ਰਿਪੋਰਟਾਂ ਨਾ ਲਾਓ, ਸੱਚੀ ਸੱਚੀਆਂ ਗੱਲਾਂ ਕਰੋ, ਆਪੇ ਠੀਕ ਹੋ ਜਾਊਗਾ। ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ, ਇੱਕ ਲੰਮਾ ਸਮਾਂ ਹੋ ਗਿਆ ਸਕੂਲ ਸ਼ੁਰੂ ਕੀਤੇ ਨੂੰ, ਜਿੱਥੇ ਬੱਚੇ ਪੜ੍ਹਾਉਂਦੇ ਵੀ ਖੁਦ ਨੇ, ਟੀਚਰ ਵੀ ਖੁਦ ਨੇ ਅਤੇ ਸਟੂਡੈਂਟ ਵੀ ਖੁਦ ਨੇ, ਉਸਦੇ ਨਾਲ ਕਿਰਤ ਵੀ ਕਰਦੇ ਨੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਘਾਦੀਪ ਦੇ ਨਾਲ ਰਵੀ ਜਗ।